2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ? ਕਿ ਜਦੋਂ ਪਾਰਟੀਆਂ ਅਜਿਹੇ ਫੈਸਲੇ ਲੈਂਦੀਆਂ ਨੇ ਨਾ, ਧੋਖੇ 'ਚ ਨਹੀਂ ਰੱਖਣਾ ਚਾਹੀਦਾ ਇਨਸਾਨ ਨੂੰ। ਮੇਰੀ ਬੇਨਤੀ ਆ ਸਾਡੀ ਹਾਈਕਮਾਂਡ ਨੂੰ, ਸਾਰੀਆਂ ਪਾਰਟੀਆਂ ਦੀਆਂ ਹਾਈਕਮਾਂਡ ਨੂੰ, ਕਲੈਰਟੀ ਨਾਲ ਚੱਲੋ, ਕਿਸੇ ਦੇ ਧੀ ਪੁੱਤ ਦਾ ਮਜ਼ਾਕ ਨਾ ਬਣਾਓ, ਧੋਖਾ ਨਾ ਕਰੋ। ਕੱਲ੍ਹ ਦਲਵੀਰ ਗੋਲਡੀ ਨੇ ਆਪਣੇ ਟਿਕਟ ਕੱਟੇ ਜਾਣ ਦਾ ਦਰਦ ਬਿਆਨ ਕੀਤਾ ਅਤੇ ਕੁਝ ਹੀ ਦੇਰ ਬਾਅਦ ਇਹ ਪੋਸਟਰ ਵੀ ਸਾਂਝਾ ਕਰ ਦਿੱਤਾ ਕਿ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਬਸ ਇੰਨੇ ਦੀ ਦੇਰ ਸੀ ਕਿ ਸੁਖਪਾਲ ਸਿੰਘ ਖਹਿਰਾ ਵੀ ਗੋਲਡੀ ਦਾ ਧੰਨਵਾਦ ਕੀਤੇ ਬਿਨਾਂ ਰਹਿ ਨਾ ਸਕੇ। ਸੁਖਪਾਲ ਸਿੰਘ ਖਹਿਰਾ ਨੇ ਕਿਹਾ, ਮੈਂ ਦਲਵੀਰ ਗੋਲਡੀ ਦੀ ਉਦਾਰਤਾ ਦੀ ਸ਼ਲਾਘਾ ਕਰਦਾ ਹਾਂ ਕਿ ਕੱਲ੍ਹ ਨੂੰ ਧੂਰੀ ਤੋਂ ਮੇਰੇ ਲਈ ਚੋਣ ਮੁਹਿੰਮ ਦਾ ਆਗਾਜ਼ ਕਰਨ ਜਾ ਰਹੇ ਨੇ ਇਸ ਪੋਸਟਰ ਮੁਤਾਬਿਕ, ਜਦੋਂ ਕਿ ਉਹ ਵੀ ਸੰਗਰੂਰ ਲੋਕ ਸਭਾ ਸੀਟ ਤੋਂ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ। ਇਹ ਦਰਸਾਉਂਦਾ ਹੈ ਕਿ ਕਾਂਗਰਸ ਲਈ ਉਹਨਾਂ ਦੀ ਕਿੰਨੀ ਵਫ਼ਾਦਾਰੀ ਹੈ। ਦਰਅਸਲ ਦਲਵੀਰ ਗੋਲਡੀ ਸੰਗਰੂਰ ਤੋਂ ਟਿਕਟ ਚਾਹੁੰਦੇ ਸਨ ਪਰ ਮਿਲੀ ਸੁਖਪਾਲ ਸਿੰਘ ਖਹਿਰਾ ਨੂੰ। ਗੋਲਡੀ ਇਸ ਗੱਲ ਤੋਂ ਨਿਰਾਸ਼ ਵੀ ਹੋਏ ਤੇ ਉਹਨਾਂ ਨੇ ਹਾਈਕਮਾਨ ਨੂੰ ਖੂਬ ਸੁਣਾਇਆ, ਗਿਲਾ ਵੀ ਜਿਤਾਇਆ ਪਰ ਕਿਹਾ ਕਿ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਨੇ, ਇਸ ਲਈ ਸੁਖਪਾਲ ਸਿੰਘ ਖਹਿਰਾ ਦਾ ਸਾਥ ਜ਼ਰੂਰ ਦੇਣਗੇ। ਅਤੇ ਉਹਨਾਂ ਨੇ ਅੱਜ ਦੇ ਲਈ ਇੱਕ ਪੋਸਟਰ ਵੀ ਸਾਂਝਾ ਕਰ ਦਿੱਤਾ ਜਿਸ ਤੇ ਲਿਖਿਆ ਕਿ ਧੂਰੀ ਤੋਂ ਲੋਕ ਸਭਾ ਵੋਟਾਂ ਦਾ ਆਗਾਜ਼ ਕਰਨ ਲਈ ਅੱਜ ਲੀਡਰਸ਼ਿਪ ਪਹੁੰਚ ਰਹੀ ਹੈ। ਅਸੀਂ ਤਾਂ ਪਾਰਟੀ ਦੇ ਇੱਕ ਵਫ਼ਾਦਾਰ ਬੰਦੇ ਹਾਂ, ਇੱਕ ਵਰਕਰ, ਪਰ ਮੈਂ ਇਹਦੇ ਨਾਲ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਪਾਰਟੀਆਂ ਅਜਿਹੇ ਫੈਸਲੇ ਲੈਂਦੀਆਂ ਨੇ ਨਾ, ਧੋਖੇ 'ਚ ਨਹੀਂ ਰੱਖਣਾ ਚਾਹੀਦਾ ਇਨਸਾਨ ਨੂੰ। ਧੋਖੇ 'ਚ ਜਦੋਂ ਤੁਸੀਂ ਰੱਖਦੇ ਹੋ, ਇੱਕ ਲੀਡਰ ਨਹੀਂ ਹੁੰਦਾ, ਉਹਦੇ ਮਗਰ ਉਹਦਾ ਟੱਬਰ ਹੁੰਦਾ, ਉਹਦੇ ਮਗਰ ਹਜ਼ਾਰਾਂ ਉਹਦੇ ਸਮਰਥਕ ਹੁੰਦੇ ਨੇ ਜਿਹੜੇ ਇਮੋਸ਼ਨਲੀ ਤੌਰ 'ਤੇ ਟੁੱਟ ਜਾਂਦੇ ਨੇ, ਜਿਹੜੇ ਫਾਈਨੈਂਸ਼ੀਅਲੀ ਤੌਰ 'ਤੇ ਟੁੱਟ ਜਾਂਦੇ ਨੇ, ਜਿਹਨਾਂ ਦਾ ਜਜ਼ਬਾ ਮਰ ਜਾਂਦਾ। ਸੋ ਮੇਰੀ ਬੇਨਤੀ ਆ ਸਾਡੀ ਹਾਈਕਮਾਂਡ ਨੂੰ, ਸਾਰੀਆਂ ਪਾਰਟੀਆਂ ਦੀਆਂ ਹਾਈਕਮਾਂਡ ਨੂੰ, ਵੀ ਯਾਰ ਕਲੈਰਟੀ ਨਾਲ ਚੱਲੋ, ਕਿਸੇ ਦੇ ਧੀ ਪੁੱਤ ਦਾ ਮਜ਼ਾਕ ਨਾ ਬਣਾਓ, ਧੋਖਾ ਨਾ ਕਰੋ। ਖਹਿਰਾ ਸਾਹਿਬ ਨੂੰ ਹਜੇ ਤੱਕ ਮੈਂ ਮਿਲਿਆ ਨਹੀਂ, ਨਾ ਮੈਂ ਪਾਰਟੀ ਹਾਈਕਮਾਂਡ ਨਾਲ ਗੱਲਬਾਤ ਕਰੀ, ਪਰ ਮੈਂ ਉਹ ਚੀਜ਼ ਨਹੀਂ ਕਰਨੀ ਚਾਹੁੰਦਾ ਸੀ ਜਿਹੜੀ ਸਾਡੇ ਕਈ ਲੀਡਰਾਂ ਨੇ ਮੇਰੇ ਨਾਲ ਉਦੋਂ ਕਰੀ ਜਦੋਂ ਮੈਂ ਇਹ ਪਿਛਲੀ ਲੋਕ ਸਭਾ ਇਲੈਕਸ਼ਨ ਲੜ ਰਿਹਾ ਸੀ। ਕਿਉਂਕਿ ਮੈਨੂੰ ਪਤਾ ਜਦੋਂ ਕੋਈ ਉਮੀਦਵਾਰ ਲੜਦਾ ਹੁੰਦਾ ਤਾਂ ਉਹਨੂੰ ਜਿੰਨਾ ਮਰਜ਼ੀ ਝੁਕਾ ਲਓ, ਸਿੱਧਾ ਕਰ ਲਓ, ਇਹ ਸਾਡੇ ਲੀਡਰਾਂ ਨੇ ਮਾੜੀਆਂ ਪਿਰਤਾਂ ਪਾਈਆਂ ਹੋਈਆਂ ਨੇ। ਸੋ ਖਹਿਰਾ ਸਾਹਿਬ, ਮੈਂ ਇੱਕ ਪਹਿਲਾਂ ਆਮ ਆਦਮੀ ਵਾਲਿਆਂ ਨੂੰ ਵੀ ਇੱਕ ਸਲਾਹ ਦਿੱਤੀ ਸੀ ਕਿ ਹਰੇਕ ਹਲਕੇ 10-15 ਬੰਦੇ ਹੁੰਦੇ ਨੇ, ਬਚਿਓ। ਸਾਡੇ ਜ਼ਿਲ੍ਹੇ 'ਚ ਵੀ 2-4 ਅਜਿਹੇ ਬੰਦੇ ਨੇ ਜਿਨ੍ਹਾਂ ਤੋਂ ਬਚ ਜਿਓ।